ਨਸ਼ਿਆਂ ਦੇ ਉੱਤੇ ਨੱਥ ਪਾਉਣੀ, ਕੰਟਰੋਲ ਕਰਨਾ, ਖਤਮ ਕਰਨਾ ਤਾਂ ਹੁਣ ਸ਼ਬਦ ਹੀ ਮਿਟ ਗਿਆ, ਕੰਟਰੋਲ ਵੀ ਔਖਾ ਹੋਇਆ ਪਿਆ। ਜ਼ਿਲ੍ਹਾ ਬਠਿੰਡੇ ਦੀ ਖਬਰ ਹੈ ਔਰ ਖਬਰ ਇਹ ਹੈ ਕਿ ਹਫ਼ਤੇ ਦੇ ਅੰਦਰ 5 ਨੌਜਵਾਨ ਭਰੀ ਜਵਾਨੀ 'ਚ, ਜਿਨ੍ਹਾਂ ਦੀ ਸਾਰਿਆਂ ਦੀ ਉਮਰ 30 ਸਾਲ ਤੋਂ ਘੱਟ ਹੈ, ਜਾਂ ਕੋਈ 22 ਵਾਲਾ, ਕੋਈ 25 ਵਾਲਾ, ਕੋਈ 27 ਵਾਲਾ, ਉਹ ਮਾਰੇ ਜਾਂਦੇ ਆ ਨਸ਼ੇ ਦੇ ਕਰਕੇ। ਕਈਆਂ ਦੇ ਤਾਂ ਸਰਿੰਜਾਂ ਕੋਲੋਂ ਲੱਭੀਆਂ, ਕਈਆਂ ਦੇ ਇੰਜੈਕਟ ਕੀਤੀਆਂ ਹੋਈਆਂ ਸੀ। ਉਹ ਬੜੀ ਹੈਰਾਨ ਕਰਨ ਵਾਲੀ ਅਤੇ ਪਰੇਸ਼ਾਨ ਕਰਨ ਵਾਲੀ ਖਬਰ ਹੈ। ਇਸ ਤੋਂ ਪਹਿਲਾਂ ਪੁਲਿਸ ਦੀਆਂ ਗਤੀਵਿਧੀਆਂ ਇੱਕਦਮ ਬੜੀਆਂ ਦੇਖਣ ਨੂੰ ਮਿਲੀਆਂ ਸੀ। ਪਹਿਲਾਂ ਟ੍ਰਿਬਿਊਨ ਦੇ ਵਿੱਚ ਹੀ ਛਪੀ ਖਬਰ ਦੇ ਕਰਕੇ ਕਿ 14 ਦਿਨਾਂ 'ਚ 14 ਮੌਤਾਂ, ਉਹ ਤੋਂ ਬਾਅਦ ਹੋਰਨਾਂ ਜ਼ਿਲ੍ਹਿਆਂ ਤੋਂ ਵੀ ਇਹ ਅੰਕੜੇ ਆਉਣੇ ਸ਼ੁਰੂ ਹੋਏ। ਇਹ ਹਾਲੇ ਤੱਕ ਕੰਟਰੋਲ ਕਰਨ ਦੀ ਸਥਿਤੀ ਦੇ ਵਿੱਚ ਨਹੀਂ ਹੈ ਸਿਸਟਮ, ਨਾ ਭਾਵੇਂ 10,000 ਮੁਲਾਜ਼ਮਾਂ ਦੀਆਂ ਬਦਲੀਆਂ ਹੋ ਗਈਆਂ ਹੋਣ। ਹੁਣ ਚੈੱਕ ਕਰਨਾ ਪਊਗਾ ਸੰਦੀਪ ਕਿ ਜਦੋਂ 10,000 ਟ੍ਰਾਂਸਫਰ ਹੋਈਆਂ ਬਠਿੰਡੇ ਦੇ, ਕਿੰਨੇ ਪੁਲ ਸਿਪਾਹੀ ਤੋਂ ਲੈ ਕੇ ਇੰਸਪੈਕਟਰ ਦੀਆਂ ਟ੍ਰਾਂਸਫਰ ਹੋਈਆਂ ਨਾ, ਪਹਿਲੀ ਗੱਲ ਕਿੰਨੇ ਤੁਹਾਡੇ SHO ਅਤੇ ਕਿੰਨੇ ਤੁਹਾਡੇ ਚੌਂਕੀਆਂ ਦੇ ਇੰਚਾਰਜ ਰੈਗੂਲਰ ਨੇ? ਸਾਰੇ ਦੇ ਕੱਚੇ ਨੇ, ਲੋਕਲ ਰੈਂਕ ਨੇ, ਉਹ ਪੈਸੇ ਦੇ ਕੇ ਸਾਰਿਆਂ ਨੇ ਲੋਕਲ ਰੈਂਕ ਲਏ ਨੇ, ਉਹ ਤੁਹਾਨੂੰ ਇਨਸਾਫ਼ ਕਿੱਥੋਂ ਦੇ ਦੇਣਗੇ? ਔਰ ਦੂਜੀ ਗੱਲ ਕਿ ਅੱਜ ਕੱਲ੍ਹ ਪੁਲਿਸਿੰਗ ਨਹੀਂ ਹੋ ਰਹੀ ਨਾ, ਅੱਜ ਕੱਲ੍ਹ ਹੋ ਰਹੀ ਹੈ ਪੋਲਿਸ਼ਿੰਗ ਹੋ ਰਹੀ ਆ, ਸਰਕਾਰਾਂ ਦੀ ਜਾਂ ਪੋਲੀਟੀਸ਼ੀਅਨਾਂ ਦੀ ਪੋਲਿਸ਼ ਕੀਤਾ ਜਾ ਰਿਹਾ ਉਹਨੂੰ, ਮਤਲਬ ਚਮਚਾਗਿਰੀ ਹੋ ਰਹੀ ਹੈ। ਜੇ ਪੁਲਿਸਿੰਗ ਕਰਦੇ ਹੋ ਤਾਂ ਤੁਸੀਂ ਸਮਾਜ ਨੂੰ ਡੈਡੀਕੇਟਡ ਹੋ, ਜੇ ਤੁਸੀਂ ਪੋਲਿਸ਼ਿੰਗ ਕਰ ਰਹੇ ਹੋ ਤੁਸੀਂ ਪੋਲੀਟੀਸ਼ੀਅਨਾਂ ਨੂੰ ਡੈਡੀਕੇਟਡ ਹੋਏ ਹੋ। ਇਸੇ ਕਰਕੇ ਸਵਾਲ ਹੈ ਕਿ ਨਸ਼ਾ, ਚਾਹੇ ਬਠਿੰਡਾ ਦੀ ਕਹਾਣੀ ਲਾ ਲਓ ਜਾਂ ਜਿਹੜੇ ਟ੍ਰਿਬਿਊਨ ਗਰੁੱਪ ਨੇ ਕਿਹਾ ਸੀ ਕਿ 14 ਦਿਨ ਦੇ ਵਿੱਚ 14 ਮੌਤਾਂ ਹੋ ਗਈਆਂ, ਉਹਦੀ ਗੱਲ ਕਰ ਲਓ, ਅੰਕੜੇ ਇਕੱਠੇ ਕਰਕੇ ਖਬਰ ਵਧੀਆ ਬਣ ਜਾਂਦੀ, ਸਰਕਾਰ ਹਿੱਲ ਜਾਂਦੀ ਹੈ। ਪਰ ਸਰਕਾਰ ਨੂੰ ਫਰਕ ਨਹੀਂ ਕੋਈ ਪੈ ਰਿਹਾ, ਪੁਲਿਸ ਨੂੰ ਕੋਈ ਫਰਕ ਨਹੀਂ ਪੈ ਰਿਹਾ ਨਾ। ਬਠਿੰਡਾ ਪੁਲਿਸ ਕਹਿੰਦੀ ਮਰ ਗਏ ਤਾਂ ਮਰ ਗਏ, ਸਾਡੇ ਕੀ ਹੈ, ਸਾਡੇ ਥੋੜ੍ਹਾ ਜੰਮੇ ਸੀ। ਜਿਹਦੇ ਘਰ ਅੱਗ ਲੱਗੀ ਹੋਵੇ, ਜਿਹਦੇ ਘਰ 70 ਵਿਸ਼ੇ ਹੋਣ, ਉਹਨੂੰ ਦੁੱਖ ਆ, ਦੂਜੇ ਬੰਦੇ ਨੂੰ ਕਾਹਦਾ ਦੁੱਖ ਆ? ਹੁਣ ਪੁਲਿਸ ਨੂੰ ਕਾਹਦਾ ਦੁੱਖ ਆ, ਸਟੇਟ ਨੂੰ ਕਾਹਦਾ ਦੁੱਖ ਹੈਗਾ? ਜਿੱਦਣ ਕਿਸੇ ਪੁਲਿਸ ਅਫਸਰ ਦਾ ਧੀ ਪੁੱਤ ਨਸ਼ੇ ਨਾਲ ਮਰਿਆ, ਜਾਂ ਕਿਸੇ MLA ਮੰਤਰੀ ਦਾ ਜਾਂ ਕਿਸੇ ਪੋਲੀਟੀਸ਼ੀਅਨ ਦਾ ਮਰਿਆ, ਤਾਂ ਪੰਜਾਬ 'ਚ ਨਸ਼ਾ ਵੀ ਖਤਮ ਹੋ ਜੂਗਾ ਨਾ। ਪਰ ਇਹਨਾਂ ਦੇ ਇਹ ਤਾਂ ਆਪ ਰਲੇ ਹੋਏ ਨੇ ਪਾਰਟੀਆਂ ਅਤੇ ਪੁਲਿਸ। ਇਸੇ ਕਰਕੇ ਨਵੀਂ ਗੱਲ ਨਹੀਂ ਨਾ ਕਿ ਆਪਾਂ ਇਸ ਮਸਲੇ ਦੇ ਵਿੱਚ ਇਸ ਸਰਕਾਰ ਨੂੰ ਦੋਸ਼ੀ ਵੀ ਨਹੀਂ ਮੰਨ ਸਕਦੇ। ਪੰਜਾਬ 'ਚ ਜਿਹੜਾ ਨਸ਼ਾ ਵਧਿਆ ਫੁੱਲਿਆ ਉਹਦੇ 'ਚ ਸਾਰੇ ਹੁਣ ਦੋਸ਼ੀ ਹੋ ਗਏ ਨੇ, ਪਰ ਕੰਟਰੋਲ ਵੀ ਤਾਂ ਕਰਨਾ ਚਾਹੀਦਾ। ਨਵੀਂ ਸਰਕਾਰ 26 ਮਹੀਨਿਆਂ 'ਚ ਕੰਟਰੋਲ ਹੋਇਆ ਨਹੀਂ ਇਹਨਾਂ ਕੋਲ, ਪੁਲਿਸ ਅਫਸਰ ਉਹੀ ਆ, ਆਪਾਂ ਬਦਲ ਦਿੱਤੇ ਨੇ ਸਿਪਾਹੀ ਤੋਂ ਲੈ ਕੇ SHO ਤੱਕ। ਹੁਣ SHO ਨੇ ਕਿਹਦੇ ਹੁਕਮਾਂ ਦੀ ਪਾਲਣਾ ਕਰਨੀ ਹੁੰਦੀ ਆ? DSP ਦੀ। DSP ਨੇ ਕਿਹਦੇ ਹੁਕਮਾਂ ਦੀ ਪਾਲਣਾ ਕਰਨੀ ਹੁੰਦੀ? SP ਦੀ। SP ਨੇ ਕਿਹੜੇ ਹੁਕਮਾਂ ਦੀ ਪਾਲਣਾ ਕਰਨੀ ਹੁੰਦੀ ਹੈ? SSP ਦੀ। SSP ਨੇ ਕਿਹਦੇ ਹੁਕਮਾਂ ਦੀ ਪਾਲਣਾ ਕਰਨੀ ਹੁੰਦੀ ਹੈ? ਸਰਕਾਰ ਦੀ। ਅਸੀਂ ਤਾਂ ਸਿਪਾਹੀ ਨੂੰ ਹੀ ਰਗੜ ਦਿੱਤਾ ਨਾ, ਹੌਲਦਾਰ ਨੂੰ ਰਗੜ ਦਿੱਤਾ, ASA ਨੂੰ ਰਗੜ ਦਿੱਤਾ, ਅਸੀਂ ਉਹਨਾਂ ਨੂੰ ਦੋਸ਼ੀ ਬਣਾ ਦਿੱਤਾ ਹੈਗਾ। ਹੁਣ ਸਵਾਲ ਪੁੱਛੋ ਕਿ ਕਦੀ SSP ਜਾਂ DSP ਸੜਕਾਂ 'ਤੇ ਖੜਿਆ ਦੇਖਿਆ? ਖੜੇ ਕੌਣ ਹੁੰਦੇ ਨੇ? ਸਿਪਾਹੀ, ਹੌਲਦਾਰ, ASI ਅਤੇ ਥਾਣੇਦਾਰ। ਹੁਣ ਉਹ ਕਿਹੜਾ ਗੁਰਦਾਸਪੁਰ ਦੀ ਪਠਾਨਕੋਟ ਦੀ ਘਟਨਾ ਹੈ ਕਿ ਇੱਕ ਥਾਣੇਦਾਰ ਆ ਕੇ ਉਹਨੇ ASI ਕੁੱਟ ਸੁੱਟਿਆ, ਉਹ ਪਤਾ ਨਹੀਂ ਕਿੱਦਾਂ ਦੀ ਉਹ ਨਾਈਟ ਡਿਊਟੀ ਦੇ ਰਿਹਾ ਹੋਗੇ ਬੰਦੇ ਦੀ, ਦੁਪਹਿਰ ਵਾਲੇ ਅੱਖ ਲੱਗ ਗਈ, ਉਹਨੂੰ ਤੁਸੀਂ ਦੋਸ਼ੀ ਬਣਾ ਦਿੱਤਾ ਹੈਗਾ। ਅਜਿਹੀ ਸਥਿਤੀ ਦੇ ਵਿੱਚ ਜੇ ਸਰਕਾਰ ਨੇ ਜੇ ਪੁਲਿਸ ਨੇ ਨਸ਼ਾ ਰੋਕਣਾ ਹੈਗਾ ਤਾਂ ਇਹਨਾਂ ਦੀ ਆਪਣੀ ਨੀਅਤ ਸਾਫ਼ ਹੋਣੀ ਚਾਹੀਦੀ ਨਾ। SSP ਤਾਂ ਉਹ ਲੱਗੇ ਨੇ ਜਿਹੜੇ ਅਕਾਲੀਆਂ ਵੇਲੇ ਵੀ ਸੀ, ਜਿਹੜੇ ਕਾਂਗਰਸ ਵੇਲੇ ਵੀ, ਸਿਵਾਏ ਇਹਨਾਂ ਦੇ 4-5 SSP ਨਵੇਂ ਨੇ, ਬਾਕੀ ਤਾਂ ਸਾਰੇ ਪੁਰਾਣੇ ਹੀ ਨੇ। ਹੁਣ ਜੇ ਪੁਰਾਣੇ ਨਹੀਂ ਨਸ਼ੇ ਰੋਕ ਪਾਏ ਅਤੇ ਪੁਰਾਣੀ ਸਰਕਾਰ 'ਚ ਨਹੀਂ ਰੋਕ ਪਾਏ ਅਤੇ ਨਵੀਂ ਇਸ ਸਰਕਾਰ 'ਚ ਕੀ ਰੋਕ ਪਾਉਣਗੇ? ਜਦ ਤੱਕ ਸਟੇਟ ਦਾ ਵਿਜ਼ਨ ਨਹੀਂ ਦਿਖਾਈ ਦਿੰਦਾ ਨਾ, ਉਹਨਾਂ ਚਿਰ ਇਹ ਜਿਹੜੀ ਬੁਰਾਈ ਖਤਮ ਨਹੀਂ ਹੋਣੀ। ਅਸੀਂ ਬੇਸਿਕਲੀ ਅਕਾਲੀਆਂ ਨੇ ਵੀ ਗਲਤੀ, ਕਾਂਗਰਸੀ ਨੇ ਵੀ ਗਲਤੀ, ਅਸੀਂ ਖਾਣ ਵਾਲੇ ਫੜ ਰਹੇ ਨੇ। ਅਸੀਂ ਤਾਂ ਜਿਹੜੇ ਲੈ ਕੇ ਆਏ ਨੇ ਉਹਨਾਂ ਨੂੰ ਤਾਂ ਫੜਦੇ ਨਹੀਂ ਹੈਗੇ। ਇੱਕੋ ਗੱਲ ਕਹੇ ਆਪਾਂ ਚੱਲਦੀ ਹੈ ਕਿ
ਮਗਰਮੱਛ ਫੜੇ ਗਏ, ਮਗਰਮੱਛ ਫੜੇ ਗਏ, ਵੱਡੇ ਮਗਰਮੱਛ ਕਦੋਂ ਫੜੇ ਜਾਣਗੇ? ਅਸੀਂ ਤਾਂ ਡੱਡੀਆਂ ਮੱਛੀਆਂ ਹੀ ਫੜੀਆਂ ਹੈਗੀਆਂ ਨੇ। ਚਾਹੇ ਡੱਡੀਆਂ ਮੱਛੀਆਂ ਫੜੋ, ਚਾਹੇ ਮਗਰਮੱਛ ਫੜੋ, ਪੰਜਾਬ ਨੂੰ ਤਾਂ ਬਰਬਾਦ ਕਰ ਗਏ ਹੈਗੇ ਨਾ। ਔਰ ਤੁਸੀਂ ਪਿੱਛੇ ਜੇ ਖਬਰ ਛਪੀ ਪੰਜਾਬ ਸਰਕ ਪੁਲਿਸ ਦਾ ਪ੍ਰੈਸ ਨੂੰ ਕਿ ਅਸੀਂ ਜੀ ਇੱਕ ਸਾਲ ਦੇ ਵਿੱਚ ਵੱਡੇ 254 ਤਸਕਰ ਫੜੇ। ਉਹ ਯਾਰ 254 ਤਸਕਰਾਂ ਦੇ ਨਾਮ 'ਤੇ ਦੱਸ ਦਿਉ, ਪਿੰਡਾਂ 'ਚ ਉਹਨਾਂ ਦੀਆਂ ਲਿਸਟਾਂ 'ਤੇ ਲਾ ਦਿਉ, ਹੋਕੇ ਹੀ ਦੇ ਦਿਉ ਉਹਨਾਂ ਦੇ ਚੌਂਕੀਦਾਰਾਂ ਦੇ ਜ਼ਰੀਏ, ਗੁਰਦੁਆਰਿਆਂ ਦੇ ਬਾਹਰ ਲਾ ਦਿਉ, ਧਰਮਸ਼ਾਲਾ ਦੇ ਬਾਹਰ ਲਾ ਦਿਉ, ਥਾਣੇ ਦੇ ਬਾਹਰ ਲਾ ਦਿਉ, ਲਾ ਦਿਉ। ਕਾਨੂੰਨ ਤਾਂ ਕੋਈ ਨਹੀਂ ਰੋਕਦਾ ਹੈਗਾ। ਕਾਨੂੰਨ ਇਹ ਨਹੀਂ ਕਹਿੰਦਾ ਹੈਗਾ ਕਿ ਤੁਹਾਡੇ ਇਲਾਕੇ ਦਾ ਬਦਮਾਸ਼ ਹੈ ਅਤੇ ਤੁਸੀਂ ਉਹਦੀ ਫੋਟੋ ਨਾ ਲਾਓ ਨਾ। ਹੁਣ ਇਸ ਮਸਲੇ ਦੇ ਵਿੱਚ ਹੈ ਕਿ ਸਰਕਾਰ ਦੀ ਹਾਲੇ ਤੱਕ ਸਾਨੂੰ ਪੋਲਿਸੀ ਦਿਖੀ ਨਹੀਂ ਹੈਗੀ ਨਸ਼ਿਆਂ ਨੂੰ ਲੈ ਕੇ, ਵੀ ਇਹ ਨਸ਼ਾ ਖਤਮ ਕਰਨ ਦੇ ਵਿੱਚ ਕੋਈ ਸਹਾਈ ਕਰ ਜਾਂ ਕੋਈ ਬੜੇ ਸਾਰਥਿਕ ਕਦਮ ਚੁੱਕ ਰਹੀ ਹੈ। ਪੁਲਿਸ ਵਾਲੇ ਡਰਾਮੇ ਕਰਨ ਲੱਗ ਪਏ ਨਾ, ਜਦੋਂ ਡਰਾਮੇ ਕਰਨ ਲੱਗ ਪਏ ਨਾ ਪੁਲਿਸ, ਉਦੋਂ ਨਸ਼ਾ ਨਹੀਂ ਖਤਮ ਹੁੰਦਾ। ਮੈਨੂੰ ਇਹ ਲੱਗਦਾ ਕਿਉਂਕਿ ਫਿਰ ਇਹਨਾਂ ਪੁਲਿਸ ਵਾਲੇ ਵੱਡੇ ਵੱਡੇ ਅਫਸਰ ਨਾ ਆਪਣੀਆਂ ਹਾਜ਼ਰੀਆਂ ਪਾਉਣ ਵਾਸਤੇ ਵੱਡੇ ਵੱਡੇ ਫੰਕਸ਼ਨ ਕਰਾ ਲਏ, ਕੋਈ ਸਾਈਕਲ ਰੈਲੀ ਕਰਾਉਣ ਲੱਗ ਪੈਂਦਾ, ਕੋਈ ਦਰਬਾਰ ਸਾਹਿਬ ਬੱਚੇ ਇਕੱਠੇ ਕਰਕੇ ਸੋਹਾਂ ਚੁਕਾਉਣ ਲੱਗ ਪੈਂਦਾ ਹੈਗਾ। ਇਹ ਪੁਲਿਸ ਦਾ ਥੋੜ੍ਹਾ ਕੰਮ ਆ, ਇਹਦੇ NGO ਦਾ ਕੰਮ ਆ, ਧਾਰਮਿਕ ਸੰਸਥਾਵਾਂ ਦਾ ਕੰਮ ਆ, ਉਹਨਾਂ ਦਾ ਕੰਮ। ਇਹ ਪੁਲਿਸ ਦਾ ਥੋੜ੍ਹਾ ਕੰਮ ਆ ਕਿ ਇੰਨਾ ਸਾਈਕਲ ਲੁਧਿਆਣੇ 'ਚ ਇਕੱਠਾ ਕਰਤਾ, ਫਿਰ ਲੋਕ ਗੱਲਾਂ ਕਰਨ ਲੱਗ ਪਏ ਕਿ ਇੱਕ ਸਾਈਕਲ ਦੀ 10,000 ਕੀਮਤ ਆ, 20,000 ਸਾਈਕਲ ਇਕੱਠਾ, 10,000 ਨੂੰ 20,000 ਨਾਲ ਗੁਣਾ ਕਰ ਲਓ ਤਾਂ ਕਿੰਨੇ ਕਰੋੜ ਰੁਪਈਏ ਦੇ ਸਾਈਕਲ ਬਣ ਗਏ, ਉਹ ਕਿੱਥੋਂ ਆ ਗਏ? ਕਿਸੇ ਨਾ ਕਿਸੇ ਦੀ ਵੰਗਾਰ ਨੂੰ, ਕਿਸੇ ਨਾ ਕਿਸੇ ਨੂੰ ਵੰਗਾਰ ਪਾਈ ਆ। ਅਤੇ ਜਿਹਦੇ ਕੋਲ ਤੁਸੀਂ ਕਰੋੜਾਂ ਦੇ ਸਾਈਕਲ ਲੈ ਲਏ ਤਾਂ ਉਹਨੇ ਤੁਹਾਡੇ ਕੋਲ ਕੰਮ ਵੀ ਤਾਂ ਕਰੋੜਾਂ ਦੇ ਕਰਵਾ ਲਏ ਹੋਣਗੇ ਨਾ। ਅਤੇ ਫਿਰ ਨਿਆਣੇ ਇਕੱਠੇ ਕਰਕੇ ਅਸੀਂ ਅੰਮ੍ਰਿਤਸਰ ਲੈ ਗਏ, 35,000 ਬੱਚਾ ਜਾ ਕੇ ਅਰਦਾਸ ਕਰੀ ਜਾ ਰਿਹਾ ਹੈਗਾ, ਨਸ਼ਾ ਰੁਕਿਆ ਕੀ? ਅਸੀਂ ਰੱਬ 'ਤੇ ਛੱਡਤਾ ਕਿ ਵੀ ਵਾਹਿਗੁਰੂ ਅਕਾਲ ਪੁਰਖ ਮਹਾਰਾਜ ਸੱਚੇ ਪਾਤਸ਼ਾਹ ਹੁਣ ਤੇਰੇ ਹੱਥ ਹੀ ਡੋਰਾਂ ਵਾ, ਅਤੇ ਪਰਮਾਤਮਾ ਦੀ ਹਮੇਸ਼ਾ ਡੋਰਾਂ ਰਹਿੰਦੀਆਂ ਹੈਗੀਆਂ ਨੇ। ਇੱਥੋਂ ਪਤਾ ਲੱਗਦਾ ਕਿ ਅਸੀਂ ਪੰਜਾਬ ਦੇ ਵਿੱਚ ਪੁਲਿਸਿੰਗ ਨਹੀਂ ਹੋ ਰਹੀ, ਪੋਲਿਸ਼ਿੰਗ ਹੋ ਰਹੀ ਆ। ਪੋਲਿਸ਼ਿੰਗ ਹੋ ਰਹੀ ਆ ਸਰਕਾਰ ਦੀ, ਆਮ ਆਦਮੀ ਪਾਰਟੀ ਦੀ, ਕਿ ਮੈਂ SHO ਲੱਗਾ ਰਹਾਂ, ਮੈਂ DSP ਲੱਗਾ ਰਹਾਂ, ਮੈਂ SP ਲੱਗਾ ਰਹਾਂ, ਮੈਂ SSP ਲੱਗਾ ਰਹਾਂ, ਮੈਂ DIG ਲੱਗਾ ਰਹਾਂ, ਮੈਂ ਬਾਰਡਰ ਰੇਂਜ ਦਾ IG ਲੱਗਾ ਰਹਾਂ। ਇੱਥੋਂ ਤੱਕ ਸੀਮਿਤ ਹੋ ਗਿਆ, ਕਿਸੇ ਦੀ ਕੋਈ ਜਵਾਬ ਤਲਬ ਵੀ ਨਹੀਂ ਹੈਗੀ। ਪੋਲੀਟੀਸ਼ਨਾਂ ਨੂੰ ਇਹੋ ਜਿਹੇ ਅੰਕੜੇ ਦੱਸਦੇ ਨੇ, ਸਰ ਕਮਾਲ ਹੋ ਗਈ ਸਰ, 20 ਕਿਲੋ ਫੀਮ ਫੜ ਲਈ, 40 ਕਿਲੋ ਅਸੀਂ ਉਹ ਫੜ ਲਏ ਨੇ ਹੀਰੋਇਨ ਫੜ ਲਈ ਆ, 60 ਕਿਲੋ ਅਸੀਂ ਭੁੱਕੀ ਫੜ ਲਈ ਆ, 100 ਕਿਲੋ ਅਸੀਂ ਚਿੱਟਾ ਫੜ ਲਿਆ, ਪਤਾ ਨਹੀਂ ਕੀ ਕੁਛ ਫੜ ਲਿਆ ਹੈਗਾ। ਉਹ ਕਹਾਣੀ ਜੀ ਬਣਾ ਕੇ ਅੰਕੜੇ ਦਾ ਕੇ ਅਖਬਾਰਾਂ ਦੇ ਵਿੱਚ ਹੈਡਲਾਈਨ ਚੰਗੀ ਛਪ ਜਾਂਦੀ ਆ, ਜਦੋਂ ਫਾਈਲਾਂ ਕੱਟ ਕੇ ਅਖਬਾਰਾਂ ਜਾਂਦੇ ਆ, ਕਮਾਲ ਹੋ ਗਈ ਜੀ। ਮਤਲਬ ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀ ਨੂੰ ਉਹ ਹਿਸਾਬ ਹੋ ਜਾਂਦਾ। ਜਿਵੇਂ ਗਵਰਨਰ ਸਾਹਿਬ ਬਾਰਡਰ ਡਿਸਟ੍ਰਿਕਾਂ 'ਤੇ ਜਾਂਦੇ ਨੇ ਲਗਾਤਾਰ, ਹੁਣ ਫਿਰ ਉਹਨਾਂ ਦਾ ਟੂਰ ਹੈ, ਕਹਿੰਦੇ ਕਿ ਹੁਣ ਤਾਂ ਪੰਜਾਬ ਸਰਕਾਰ ਦਾ ਜਹਾਜ਼ ਲੈ ਕੇ ਜਾਣਗੇ, ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਔਰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਸਾਹਿਬ ਵਿਚਕਾਰ ਵਿਗੜ ਵੀ ਗਈ ਸੀ ਨਾ, ਕਿ ਉਹ ਕਹਿੰਦੇ ਕਿ ਜਦੋਂ ਆਪਸ ਵਿੱਚ ਬਹੁਤ ਜ਼ਿਆਦਾ ਤਕਰਾਰ ਵੱਧ ਗਿਆ ਸੀ CM ਸਾਹਿਬ ਔਰ ਗਵਰਨਰ ਸਾਹਿਬ ਦੇ ਵਿਚਕਾਰ, ਅਤੇ CM ਸਾਹਿਬ ਨੇ ਕਿਤੇ ਕਹਿ ਦਿੱਤਾ ਸੀ ਕਿ ਜਹਾਜ਼ ਵੀ ਸਾਡਾ ਵਰਤਦੇ ਨੇ ਅਤੇ ਗਾਲਾਂ ਵੀ ਸਾਨੂੰ ਕੱਢਦੇ ਹੈਗੇ ਨੇ। ਉਸ ਵਕਤ ਗਵਰਨਰ ਸਾਹਿਬ ਨੇ PC ਕਰਤੀ ਸੀ ਕਿ ਅੱਜ ਤੋਂ ਬਾਅਦ ਮੈਂ ਜਹਾਜ਼ ਨਹੀਂ ਪੰਜਾਬ ਸਰਕਾਰ ਦਾ ਲਵਾਂਗਾ, ਉਹ ਫਿਰ ਬਾਏ ਰੋਡ ਹੀ ਜਾਂਦੇ ਰਹੇ ਹੈਗੇ ਨੇ। ਅਤੇ ਹੁਣ ਪਤਾ ਲੱਗਦਾ ਕਿ 16 ਸਫਾਈ ਹੋ ਗਈ, ਸ਼ਾਇਦ ਹੁਣ ਜਦੋਂ ਬਾਰਡਰ ਡਿਸਟ੍ਰਿਕਾਂ ਦਾ ਦੌਰਾ ਕਰਨਗੇ ਅਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਸ਼ਾਇਦ ਪੰਜਾਬ ਦੇ ਸਰਕਾਰੀ ਜਹਾਜ਼ 'ਤੇ ਜਾਣਗੇ, ਹੈ ਨਾ। ਚਲੋ ਹੁਣ ਜਿਹਦਾ ਇੱਕ ਗਵਰਨਰ ਔਰ CM ਦੇ ਵਿਚਕਾਰ ਵਿਗੜਨੀ ਨਹੀਂ ਚਾਹੀਦੀ ਹੈਗੀ, ਔਰ ਪਹਿਲੀ ਦਫ਼ਾ ਸੀ ਕਿ ਪੰਜਾਬ ਦੇ ਵਿੱਚ ਵੇਖਣ ਨੂੰ ਮਿਲੀ, ਸੁਣਨ ਨੂੰ ਮਿਲੀ ਕਿ CM ਔਰ ਗਵਰਨਰ ਦੀ ਵਿਗੜੀ। ਬਾਕੀ ਸੂਬਿਆਂ ਦੇ ਵਿੱਚ ਤਾਂ ਹਮੇਸ਼ਾ ਰਿਹਾ, ਬੰਗਾਲ ਦੇ ਵਿੱਚ ਪੰਗਾ, ਕੇਰਲਾ ਦੇ ਵਿੱਚ ਪੰਗਾ, ਝਾਰਖੰਡ ਦੇ ਵਿੱਚ ਪੰਗਾ, ਮਹਾਰਾਸ਼ਟਰ ਦੇ ਵਿੱਚ ਪੰਗਾ ਚੱਲਦਾ,
ਪਰ ਪੰਜਾਬ ਦੇ ਵਿੱਚ ਨਹੀਂ ਸੀ। ਹੁਣ ਜਿਹੜੇ ਪੰਜਾਬ ਦੇ ਰਾਜਪਾਲ ਲਗਾਤਾਰ ਜਾ ਰਹੇ ਨੇ ਕਿ ਪਿੰਡਾਂ ਦੇ ਵਿੱਚ ਜਿਹੜੇ ਨੇ ਵਿਲੇਜ ਕਮੇਟੀ ਬਣਾਉਣ ਦੀ, ਵਿਲੇਜ ਮੋਨੀਟਰਿੰਗ ਕਮੇਟੀ ਬਣਾ ਰਹੇ ਨੇ, ਔਰ ਉਹਨਾਂ ਨੇ ਕਿਹਾ ਕਿ ਜਿਹੜਾ ਆਪਣੇ ਪਿੰਡ ਦੇ ਵਿੱਚੋਂ ਨਸ਼ੇ ਫੜਾਊਗਾ ਉਹਨੂੰ ਉਸ ਪੰਚਾਇਤ ਨੂੰ 5 ਲੱਖ ਰੁਪਈਆ ਵੀ ਦਿੱਤਾ ਜਾਊਗਾ। ਪਿੱਛੇ ਜੇ ਉਹਨਾਂ ਨੇ ਮੇਰੇ ਖਿਆਲ ਇੱਕ ਗੁਰਦਾਸਪੁਰ ਦੀ, 3 ਪੰਚਾਇਤਾਂ ਸ਼ਾਇਦ ਅੰਮ੍ਰਿਤਸਰ ਦੀਆਂ ਨੇ, ਉਹਨਾਂ ਨੂੰ ਉਹਨਾਂ ਨੇ 5-5 ਲੱਖ ਰੁਪਏ ਦੇ ਗਵਰਨਰ ਫੰਡ 'ਚੋਂ ਦਿੱਤੇ ਨੇ। ਮੈਨੂੰ ਲੱਗਦਾ ਕਿ ਇਸ ਮਸਲੇ ਵਿੱਚ ਸਾਰੀਆਂ ਪੰਚਾਇਤਾਂ ਨੂੰ ਚਾਹੀਦਾ ਹੈਗਾ ਕਿ ਜਿਹੜੀ ਪੰਚਾਇਤ ਆਪਣੇ ਪਿੰਡ ਦੇ ਵਿੱਚ ਨਸ਼ਾ ਰੋਕੂਗੀ, ਇਹ ਨਹੀਂ ਜਿਵੇਂ ਪੁਲਿਸ ਵਾਲੇ ਧੱਕੇ ਨਾ ਸਰਪੰਚ ਨੂੰ ਕਹੇ ਮਤੇ ਪਾਸ ਕਰ ਲੈਂਦੇ ਨੇ, ਉਹ ਵਾਲੇ ਨਹੀਂ ਕੰਮ, ਉਹ ਫਰਜ਼ੀ ਨਾਮਾ ਨਹੀਂ ਚੱਲੂ, ਫਰਜ਼ੀ ਵਾੜਾ ਨਹੀਂ ਚੱਲੂਗਾ। ਪਿੰਡ ਦੇ ਵਿੱਚ ਜਿਹੜੇ ਵੀ ਨਸ਼ਾ ਨਹੀਂ ਹੈ ਵਾਕੇ, ਉਹਨੂੰ 5 ਲੱਖ ਰੁਪਈਆ ਵੀ ਦਿਓ, ਔਰ ਦੂਜਾ ਉਹਨੂੰ ਡਿਵੈਲਪਮੈਂਟ ਦੇ ਤੌਰ 'ਤੇ ਵੀ ਖੁੱਲ੍ਹਾ ਫੰਡ ਦੇਣਾ ਚਾਹੀਦਾ ਕਿ ਘੱਟੋ ਘੱਟ ਪਤਾ ਲੱਗੇ ਨਾਲ ਦੀਆਂ ਪੰਚਾਇਤਾਂ ਨੂੰ, ਨੇੜਲ ਦੀਆਂ ਪੰਚਾਇਤਾਂ ਨੂੰ ਕਿ ਆਹ ਫਲਾਣੇ ਪਿੰਡ ਆ, ਆਹ ਦੇਖੋ ਪਿੰਡ ਸਤੌਜ ਦੇ ਵਿੱਚ ਨਸ਼ਾ ਨਹੀਂ ਵਿਕਦਾ ਅਤੇ ਕਿੱਡਾ ਵੱਡਾ ਪਿੰਡ ਬਣਾ ਦਿੱਤਾ ਹੈਗਾ ਉਸ ਪੰਚਾਇਤ ਨੇ। ਚਲੋ ਆਪਾਂ ਸਤੌਜ ਦੇ ਮੁੱਖ ਮੰਤਰੀ ਸਾਹਿਬ ਦਾ ਪਿੰਡ ਦਾ ਨਾਮ ਲੈ, ਕੋਈ ਵੀ ਪਿੰਡ ਦਾ ਨਾਮ ਲੈ ਕੇ ਕਿ ਆਹ ਯਾਰ ਐਗਜ਼ਾਮਪਲ ਦੇ ਤੌਰ 'ਤੇ ਹੋਵੇ, 5 ਲੱਖ ਗਵਰਨਰ ਦੇਵੇ, 5-10 ਲੱਖ ਸਰਕਾਰ ਦੇਵੇ ਅਤੇ ਪਿੰਡ ਦਾ ਵੱਧੂ ਐਗਜ਼ਾਮਪਲਾਂ ਸੈੱਟ ਹੋਣਗੀਆਂ ਨਾ, ਔਰ ਉੱਥੋਂ ਦੇ ਲੋਕਾਂ ਦੀ ਇਨਵੋਲਵਮੈਂਟ ਲੈਣੀ ਚਾਹੀਦੀ ਆ। ਪਰ ਸਵਾਲ ਇਹ ਕਿ ਮਾੜੀ ਕਿਸਮਤ ਇਸ ਕਰਕੇ ਪੰਜਾਬ ਦੀ ਕਿ ਪੁਲਿਸ ਵਾਲੇ ਕੋਈ ਸ਼ੱਕ ਨਹੀਂ ਹੈਗਾ, ਸੀ ਐੱਮ ਸਾਹਿਬ ਨੇ ਜਿਹੜੀ ਸਟੇਟਮੈਂਟ ਦਿੱਤੀ ਉਹ ਸਹੀ ਦਿੱਤੀ ਹੈਗੀ, ਉਸ ਤੋਂ ਬਾਅਦ ਭਾਵੇਂ ਕਿੰਤੂ ਪਰੰਤੂ ਹੋਏ ਨੇ ਕਿ ਪੁਲਿਸ ਵਾਲੇ ਸਾਰੇ ਤਾਂ ਨਹੀਂ ਆਪਾਂ ਕਹਿ ਸਕਦੇ, ਪਰ ਕਾਲੀਆਂ ਭੇਡਾਂ ਤਾਂ ਹਰ ਸੋਸਾਇਟੀ ਦੇ ਵਿੱਚ ਹੋਇਆ ਨਾ ਜੀ, ਉਹ ਕਾਲੀਆਂ ਭੇਡਾਂ ਹੈ, ਉਹ ਤਸਕਰਾਂ ਨਾਲ ਮਿਲੀਆਂ ਹੋਈਆਂ ਨੇ, ਇਸ ਕਰਕੇ ਨਸ਼ਾ ਨਹੀਂ ਖਤਮ ਹੋ ਰਿਹਾ। ਬਠਿੰਡਾ ਲਾ ਲਓ, ਬਠਿੰਡੇ ਜੇ 5 ਆ, ਮੋਗੇ ਦੇ ਵਿੱਚ ਸੀ, ਮੁਕਤਸਰ ਦੇ ਵਿੱਚ ਸੀ, ਆਪਾਂ ਮੁਕਤਸਰ ਦੇ ਵਿੱਚ ਇੱਕ ਕੁੜੀ ਮਾਪਿਆਂ ਨੇ ਡੰਗਰਾਂ ਵਾਂਗੂ ਬੰਨ੍ਹੀ ਸੀ, ਨਸ਼ਾ ਕਰਦੀ ਸੀ। ਇੱਕ ਆਪਾਂ ਨਵਾਂਸ਼ਹਿਰ ਦੇ ਔੜ ਕਸਬੇ 'ਚ ਵੇਖੀ, ਕੁੜੀ 21 ਸਾਲ ਦੀ ਨਸ਼ੇ 'ਚ ਝੂਲਦੀ ਫਿਰਦੀ, ਅੰਮ੍ਰਿਤਸਰ ਕੁੜੀ ਦੇਖੀ ਸੀ, ਹੱਥਾਂ 'ਤੇ ਮਹਿੰਦੀ ਸੀ, ਰੰਗਲੀ ਬਾਹੀਂ ਰੰਗਲਾ ਚੂੜਾ ਪਾਇਆ ਸੀ, ਉਹ ਝੂਲਦੀ ਫਿਰਦੀ ਸੀ। ਇਹ ਸਾਡੇ ਪੰਜਾਬ 'ਤੇ ਧੱਬਾ ਹੀ ਹੈ ਨਾ, ਇਹ ਧੱਬਾ ਕੌਣ ਧੋਊਗਾ? ਪੁਲਿਸ ਅਤੇ ਸਟੇਟ ਹੀ ਧੋ ਸਕਦੀ ਆ, ਉਹ ਗੌਰਮੈਂਟ ਦੇ ਧੋਣਾ ਹੈਗਾ। ਇਸ ਮਸਲੇ ਦੇ ਵਿੱਚ ਸਰਕਾਰ ਨੂੰ ਜਲੰਧਰੋਂ ਬਾਹਰ ਨਿਕਲਣਾ ਚਾਹੀਦਾ, ਪੁਲਿਸ ਵਾਲਿਆਂ ਦੀ ਖਿਚਾਈ ਕਰਨੀ ਚਾਹੀਦੀ ਹੈਗੀ, ਜਵਾਬ ਤਲਬ ਵੀ ਬਣਾਉਣੀ ਚਾਹੀਦੀ ਆ। SHO ਨਹੀਂ ਬਦਲ ਕੇ ਸਰ ਨਾ, SSP ਬਦਲੋ, ਉਹ ਲਾਓ ਜਿਹੜੇ ਕਮਿਟਡ ਹੋਣ, ਜਿਹੜੇ ਪੈਸੇ ਨਾ ਬਣਾਉਣ। ਅੱਜ ਕੱਲ੍ਹ ਬਹੁਤੇ ਜਿਹੜੇ SSP ਉਹਨਾਂ ਦਾ ਟਾਰਗੇਟ ਕਮਿਟਡ ਆ, ਇਹਨਾਂ ਸਾਰਿਆਂ ਦਾ, ਸਾਰਿਆਂ 'ਚੋਂ ਬਹੁਤੇ SSP ਦਾ ਤੁਸੀਂ ਨਾ ਉਹ ਕਰਵਾ ਲਓ, ਨਾਰਕੋ ਟੈਸਟ ਕਰਵਾ ਲਓ ਜਾਂ ਪੋਲੀਗ੍ਰਾਫ ਟੈਸਟ ਕਰਵਾ ਲਓ, ਸਾਰਿਆਂ ਦੇ ਪਤਾ ਲੱਗਣਾ ਹੈਗਾ ਕਿ ਅਕੰਡੀ ਬੈਲਟ ਦੇ ਵਿੱਚ 200-200 ਏਕੜ ਜ਼ਮੀਨ ਬਣਾ ਗਏ ਨੇ, ਉਹ ਕਿਵੇਂ ਬਣ ਗਈ ਹੈਗੀ ਨਾ। ਅਸੀਂ ਸਿਪਾਹੀ ਨੂੰ ਦੋਸ਼ੀ ਮਾਲਿਆ, ਹੌਲਦਾਰ ਨੂੰ ਦੋਸ਼ੀ ਮਾਲਿਆ, ਥਾਣੇਦਾਰ ਨੂੰ ਦੋਸ਼ੀ ਮਾਲਿਆ, ਅਸੀਂ SSP ਨੂੰ ਤਾਂ ਹੱਥ ਨਹੀਂ ਪਾਇਆ ਗਾ ਕਿਉਂਕਿ ਉਹ IPS ਅਫਸਰ ਨੇ, ਉਹ ਸਰਕਾਰ ਨੂੰ ਉਂਗਲਾਂ 'ਤੇ ਨਚਾਉਂਦੇ ਨੇ। IAS ਅਸੀਂ ਹੱਥ ਨਹੀਂ ਪਾਉਂਦੇ ਕਿਉਂਕਿ ਸਰਕਾਰ ਉਹਨਾਂ ਨੂੰ ਉਂਗਲਾਂ 'ਤੇ ਨਚਾਉਂਦੀ। ਸਰਕਾਰ ਪਿੱਛੇ ਜੀ ਇੱਕ IAS ਅਫਸਰ ਆ, ਕਿੰਨੇ ਪਲਾਟ ਵੇਚ ਗਈ ਹੈਗੀ ਆ, ਅਫਸਰ ਇਕੱਠੇ ਹੋ ਕੇ ਅਤੇ ਉਹ IAS ਅਫਸਰ ਨੂੰ ਬਚਾ ਹੀ ਗਏ, ਉਹ ਵੱਡਾ ਰੈਂਕ ਵੀ ਲੈ ਗਈ ਹੈਗੀ ਹੈ। ਇਸ ਕਰਕੇ ਇਹਨਾਂ ਲੋਕਾਂ ਦੇ ਵਿਗੜਦਾ, ਬਸ ਆਪਾਂ ਛੋਟੇ ਬੰਦੇ ਨੂੰ ਕਸੂਰਵਾਰ ਠਹਿਰ ਦਿੰਦੇ ਗਏ, ਇਸੇ ਕਰਕੇ ਨਸ਼ਾ ਨਹੀਂ ਖਤਮ ਹੋ ਰਿਹਾ। ਅੱਜ ਆਪਾਂ ਬਠਿੰਡੇ ਦੀ ਖਬਰ ਪੜ੍ਹ ਲਈ ਹੈ ਕਿ ਇੱਕ ਹਫ਼ਤੇ ਦੇ ਵਿੱਚ 5 ਮੌਤਾਂ ਹੋ ਗਈਆਂ, ਕੱਲ੍ਹ ਨੂੰ ਇੱਕ ਹੋਰ ਖਬਰ ਆ ਜੂ ਕਿ ਕਿਸੇ ਹੋਰ ਜ਼ਿਲ੍ਹੇ ਦੀ, ਆਪਾਂ ਕਹਾਣੀ ਪੜ੍ਹ ਦਾਂਗੇ। ਆਪਾਂ ਦੇ ਰੋਜ਼ 'ਤੇ ਕਹਾਣੀਆਂ ਦੁੱਖਦਰੀ ਦੁੱਖ ਭਰੀਆਂ ਸੁਣਾਈ ਜਾਣੀਆਂ, ਪਰ ਜਿਨ੍ਹਾਂ ਦੇ ਕੰਨਾਂ 'ਤੇ ਜੂਨ ਸਿਰਕਣੀ ਚਾਹੀਦੀ ਆ, ਉਸ ਮਸਲੇ ਦੇ ਵਿੱਚ ਤੋਂ ਹੋ ਗਏ ਨੇ, ਬੋਲੇ ਹੋ ਗਏ ਨੇ, ਉਸ ਮਸਲੇ ਦੇ ਵਿੱਚ ਤੋਂ ਅੰਨੇ ਹੀ ਹੋ ਗਏ ਨੇ। ਉਹ ਸਜਾਖੇ ਕਦੋਂ ਆ ਵੀ ਸਾਡਾ ਪੈਸਾ ਕਦੋਂ ਬਣਨਾ ਅਤੇ ਸਾਡੀਆਂ ਕੁਰਸੀਆਂ ਕਦੋਂ ਬਚਣੀਆਂ, ਉਸ ਪੱਖੋਂ ਸਜਾਖੇ ਨੇ। ਪਰ ਜਿਹੜੀਆਂ ਪੰਜਾਬ ਦੇ ਵਿੱਚ ਬਰਬਾਦੀ ਹੋ ਰਹੀ ਆ, ਜਿੱਥੇ ਪੁਲਿਸ ਦਾ ਕੰਮ ਜਾਂ ਅਫਸਰਾਂ ਦਾ ਕੰਮ ਹੈਗਾ, ਉਸ ਮੱਖਿਓਂ ਅੰਨੇ ਵੀ ਆ ਅਤੇ ਬੋਲੇ ਵੀ ਆ ਅਤੇ ਕਾਣੇ ਵੀ ਆ।